ਹੈ ਮੇਰਾ ਵੀਰ ਬੱਬਰ ਗੇਜਾ ਅਲੀਪੁਰੀਆ ਜਗਾੜ ਦੇ ਕੋ ਟਰੈਕਟਰ ਨੂੰ ਕੀ ਲਾ ਕੇ ਲੈ ਕੇ ਆਇਆ ਤੁਹਾਨੂੰ ਦਿਖਾਲਣ ਦੀ ਕੁਝ ਕੋਸ਼ਿਸ਼ ਕਰਦੇ ਹਾਂ ਅਤੇ 735 ਬਾਅਦ 'ਚ ਪੜਿਓ ਪਹਿਲਾਂ ਦੇਖੋ ਬਲੈਕ ਮਾਂਬਾ ਤੁਸੀਂ ਟਰੈਕਟਰ ਦੀ ਬੈਕ ਸਾਈਡ 'ਤੇ ਪੱਖਾ ਦੇਖ ਸਕਦੇ ਹੋ ਕਿੱਡਾ ਵੱਡਾ ਪਿੱਛੇ ਪੱਖਾ ਲੱਗਾ ਆ ਔਰ ਇਹ ਜਿਹੜਾ ਪੱਖਾ ਆ ਇਹ ਹਵਾ ਮਾਰੂਗਾ ਅਤੇ ਹਵਾ ਮਾਰੇਗਾ ਅਤੇ ਜਿਹੜੇ ਇੱਥੇ ਹੰਝੂ ਗੈਸ ਜਿਹਦੇ ਗੋਲੇ ਜਿਹੜੇ ਛੱਡੇ ਜਾ ਰਹੇ ਆ ਉਹ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਜਿਹੜਾ ਉਹ ਕਿਸਾਨਾਂ 'ਤੇ ਘੱਟ ਪਵੇਗਾ ਹਾਂ ਇਹ ਤੁਸੀਂ ਦੇਖਦੇ ਹੋਣੇ ਆ ਕਿ ਪੱਖਾ ਚੱਲ ਪਿਆ ਬੱਬਰ ਬਾਈ ਜਿਹੜਾ ਬਲੈਕ ਮਾਂਬਾ ਲੈ ਕੇ ਆਏ ਆ ਅਤੇ ਉਹਦੇ ਨਾਲ ਜਿਹੜਾ ਤੁਹਾਨੂੰ ਇਹ ਪੱਖਾ ਜਿਹੜਾ ਉਹ ਚੱਲਦਾ ਹੋਇਆ ਵੀ ਤੁਹਾਨੂੰ ਦਿਖਾਈ ਦਿੰਦਾ ਹੋਣਾ ਅਤੇ ਜਦੋਂ ਇਹ ਪੱਖਾ ਚੱਲੇਗਾ ਤਾਂ ਫਿਰ ਟੀਅਰ ਗੈਸ ਦੇ ਜਿਹੜੇ ਗੋਲੇ ਆ ਉਹ ਕਿੱਥੇ ਡਿੱਗਣੇ ਇਹਦੇ ਅੱਗੇ ਤਾਂ ਫਿਰ ਕਿੱਥੇ ਉਹ ਖਾਣੇ ਆ ਖੇਤਾਂ 'ਚ ਇੱਕ ਆਪਾਂ ਜਿਹੜੀ ਯੂਜ਼ ਕਰਦੇ ਖੇਤੀਬਾੜੀ 'ਚ ਉਹਦਾ ਇੱਕ ਪਾਰਟ ਇਹ ਇੱਕ ਸੰਦ ਆ ਪੰਜਾਬੀ 'ਚ ਕਹਿੰਦੇ ਹਾਂ ਇਹ ਆਪਾਂ ਜਦੋਂ ਕੋਈ ਝੋਨਾ ਨਿਖਾਰਨਾ ਕੋਈ ਫਸਲ ਨਿਖਾਰਨੀ ਹੁੰਦੀ ਹੈ ਇਹ ਜੋ ਕਵਾੜ ਕੱਢਦੇ ਹਾਂ ਆਪਾਂ ਐਵੇਂ ਚਲਾ ਦਿੰਦੇ ਜਿਵੇਂ ਤੁਹਾਨੂੰ ਚਲਾ ਕੇ ਦਿਖਾਇਆ ਹੁਣੇ ਸਲੋਅ 'ਚ ਆਪਾਂ ਹਵਾ ਪੈਦਾ ਕਰਦੇ ਇਹਦੇ ਨਾਲ ਅਤੇ ਜਿਹੜਾ ਆਪਾਂ ਨੂੰ ਵੇਟ ਕਰਨਾ ਪੈਂਦਾ ਇੱਕ ਕੁਦਰਤੀ ਹਵਾ ਚੱਲਦੀ ਹੈ ਉਹ ਕਦੇ ਚੱਲਦੀ ਹੈ ਕਦੇ ਨਹੀਂ ਚੱਲਦੀ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਲਾਲ ਕਮਲ ਅਤੇ ਇਹ ਮੇਰਾ ਵੀਰ ਬੱਬਰ ਗੇਜਾ ਅਲੀਪੁਰੀਆ ਜਗਾੜ ਦੇਖੋ ਟਰੈਕਟਰ ਨੂੰ ਕੀ ਲਾ ਕੇ ਲੈ ਕੇ ਆਇਆ ਤੁਹਾਨੂੰ ਦਿਖਾਲਣ ਦੀ ਕੁਝ ਕੋਸ਼ਿਸ਼ ਕਰਦੇ ਹਾਂ ਅਤੇ 735 ਬਾਅਦ 'ਚ ਪੜਿਓ ਪਹਿਲਾਂ ਦੇਖੋ ਬਲੈਕ ਮਾਂਬਾ ਇਹ 'ਤੇ ਲਿਖਿਆ ਆ ਅਤੇ ਇਹ ਬਲੈਕ ਮਾਂਬਾ ਲੈ ਕੇ ਇੱਥੇ ਪਹੁੰਚ ਗਿਆ ਅਤੇ ਮੇਰਾ ਵੀਰ ਅਤੇ 735 ਇੱਕ ਵਾਰੀ ਤੁਹਾਨੂੰ ਪੂਰੇ ਟਰੈਕਟਰ ਦੀਆਂ ਤੁਹਾਨੂੰ ਤਸਵੀਰਾਂ ਦਿਖਾਲਦੇ ਹਾਂ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਉਹ ਤਿਆਰ ਕੀਤਾ ਗਿਆ ਅੱਧਾ ਕੁ ਟਰੈਕਟਰ ਬੋਰੀਆਂ ਨਾਲ ਵੀ ਢਕਿਆ ਕਿ ਸ਼ਾਇਦ ਜਿਹੜੇ ਆ ਉਹ ਜਿਹੜੇ ਆ ਟੀਅਰ ਜਿਹੜੇ ਗੈਸ ਦੇ ਜਿਹੜੇ ਗੋਲੇ ਜਿਹੜੇ ਆ ਉਹ ਇੱਥੇ ਅਸਰ ਨਾ ਕਰਨ ਇਸ ਕਰਕੇ ਜਿਹੜਾ ਇੱਥੇ ਬੋਰੀਆਂ ਵੀ ਜਿਹੜੀਆਂ ਦਿੱਤੀਆਂ ਗਈਆਂ ਗੁਰਪ੍ਰੀਤ ਇੱਕ ਵਾਰੀ ਬੈਕ 'ਤੇ ਜਾ ਕੇ ਆਪਾਂ ਦਿਖਾ ਦਈਏ ਕਿ ਦਰਅਸਲ ਇਸ ਟਰੈਕਟਰ ਦੀ ਖਾਸੀਅਤ ਕੀ ਆ ਇਹ ਤੁਹਾਨੂੰ ਅਸੀਂ ਦਿਖਾਲਣ ਦੀ ਕੋਸ਼ਿਸ਼ ਕਰਦੇ ਹਾਂ ਕਿ ਤੁਸੀਂ ਟਰੈਕਟਰ ਦੀ ਬੈਕ ਸਾਈਡ 'ਤੇ ਪੱਖਾ ਦੇਖ ਸਕਦੇ ਹੋ ਕਿੱਡਾ ਵੱਡਾ ਪਿੱਛੇ ਪੱਖਾ ਲੱਗਾ ਆ ਔਰ ਇਹ ਜਿਹੜਾ ਪੱਖਾ ਆ ਇਹ ਹਵਾ ਮਾਰੂਗਾ ਅਤੇ ਹਵਾ ਮਾਰੇਗਾ ਅਤੇ ਜਿਹੜੇ ਇੱਥੇ ਹੰਝੂ ਗੈਸ ਜਿਹਦੇ ਗੋਲੇ ਜਿਹੜੇ ਛੱਡੇ ਜਾ ਰਹੇ ਆ ਉਹ ਜਿਹੜੇ ਆ ਉਹਨਾਂ ਦਾ ਜਿਹੜਾ ਪ੍ਰਭਾਵ ਜਿਹੜਾ ਉਹ ਕਿਸਾਨਾਂ 'ਤੇ ਘੱਟ ਪਵੇਗਾ ਅਸੀਂ ਤੁਹਾਨੂੰ ਇਹ ਕੁਝ ਤਸਵੀਰਾਂ ਤੁਹਾਨੂੰ ਦਿਖਾਲਣ ਦੀ ਕੋਸ਼ਿਸ਼ ਕਰਦੇ ਹਾਂ ਬਲੈਕ ਮਾਂਬਾ ਦੀਆਂ ਅਤੇ ਕਿਸ ਤਰ੍ਹਾਂ ਬਲੈਕ ਮਾਂਬਾ ਜਿਹੜਾ ਪਹੁੰਚ ਗਿਆ ਸ਼ੰਭੂ ਬੈਰੀਅਰ 'ਤੇ 735 ਬਲੈਕ ਮਾਂਬਾ ਜਿਹੜਾ ਪਹੁੰਚ ਗਿਆ ਅਤੇ ਤੁਸੀਂ ਦੇਖੋ ਤਿਆਰ ਵੀਰ ਨੇ ਕਿਸ ਤਰ੍ਹਾਂ ਕਰਾਇਆ ਕਿਉਂਕਿ ਕਿਸਾਨਾਂ ਵੀਰਾਂ ਦਾ ਜਿਹੜਾ ਨੁਕਸਾਨ ਵੀ ਹੋਇਆ ਜਿਹੜੇ 400 ਤੋਂ ਵੱਧ ਜਿਹੜੇ ਕਿਸਾਨ ਵੀਰ ਜਿਹੜੇ ਆ ਉਹ ਜ਼ਖਮੀ ਵੀ ਹੋਏ ਆ ਆ ਜਿਹੜੇ ਟੀਅਰ ਗੈਸ ਦੇ ਜਿਹੜੇ ਗੋਲੇ ਜਿਹੜੇ ਆਏ ਆ ਉਹਨਾਂ ਦੇ ਕਰਕੇ ਅਤੇ ਨਾਲ ਦੀ ਨਾਲ ਉਹਨਾਂ ਨੂੰ ਅਸੀਂ ਜਿਹੜੇ ਇਹ ਟਰੈਕਟਰ ਲੈ ਕੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਈ ਨੇ ਜਿਹੜਾ ਕਾਫੀ ਮਿਹਨਤ ਜਿਹੜੀ ਕੀਤੀ ਆ ਇਸ ਟਰੈਕਟਰ ਨੂੰ ਬਣਾਉਣ ਲਈ ਅਤੇ ਇੱਕ ਪੱਖਾ ਜਿਹੜਾ ਉਹ ਲੈ ਕੇ ਆਏ ਨੇ ਗੁਰਪ੍ਰੀਤ ਇੱਕ ਵਾਰੀ ਦਿਖਾ ਦੇ ਕਿਸ ਤਰ੍ਹਾਂ ਜਿਹੜੀ ਬੈਲਟ ਲੱਗੀ ਹੋਈ ਆ ਅਤੇ ਇਸ ਤਰ੍ਹਾਂ ਜਿਹੜਾ ਜਿਹੜਾ ਟਰੈਕਟਰ ਜਿਹੜਾ ਆ ਇਹਦਾ ਪੱਖਾ ਚੱਲਦਾ ਤਾਂ ਇਸ ਤਰ੍ਹਾਂ ਹੀ ਫਿਰ ਇਹ ਜਦੋਂ ਵੀ ਕੋਈ ਟੀਅਰ ਗੈਸ 'ਤੇ ਜਿੱਦਾਂ ਉਹ ਭਾਫ਼ ਛੱਡਦੇ ਨੇ ਜਾਂ ਉਹ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਜਿਹੜੀ ਹਵਾ ਜਦੋਂ ਹਵਾ ਇਹਦੇ ਨਾਲ ਵੱਜੇਗੀ ਤਾਂ ਕਿੰਨੇ ਕਿਸਾਨਾਂ ਨੂੰ ਜਿਹੜਾ ਉਹ ਰਾਹਤ ਮਿਲੇਗੀ ਪਰ ਅਜੇ ਇਹਨੂੰ ਚਲਾਉਣ ਲਈ ਅਜੇ ਜਿਹੜਾ ਐਤਵਾਰ ਤੱਕ ਜਿਹੜੀ ਉਡੀਕ ਕਰਨੀ ਪੈਣੀ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਕੁਝ ਜਿਹੜੀਆਂ ਉਹ ਮੰਗਾਂ ਨੂੰ ਮੰਨਣ ਲਈ ਜਿਹੜਾ ਉਹ ਐਤਵਾਰ ਦਾ ਸਮਾਂ ਦਿੱਤਾ ਗਿਆ ਤਿੰਨ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਤਿੰਨਾਂ ਮੀਟਿੰਗਾਂ ਦੇ ਵਿੱਚ ਬੇਸ਼ੱਕ ਕੁਝ ਵੀ ਜਿਹੜਾ
ਉਹ ਅਜੇ ਤੱਕ ਕੋਈ ਨਤੀਜਾ ਜਿਹੜਾ ਸਾਰਥਕ ਨਤੀਜਾ ਨਿਕਲ ਕੇ ਸਾਹਮਣੇ ਨਹੀਂ ਆਇਆ, ਪਰ ਜਿਹੜਾ ਐਤਵਾਰ ਫਿਰ ਜਿਹੜੀ ਆ ਦੁਬਾਰਾ ਜਿਹੜੀ ਆ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ, ਉਹਦੇ ਵਿੱਚ ਕੋਈ ਵੀ ਜਿਹੜਾ ਉਹ ਕਿਸਾਨ ਜਿਹੜੇ ਆਸਮੰਦ ਜ਼ਰੂਰ ਨੇ ਕਿ ਉਹਦੇ ਵਿੱਚ ਕੋਈ ਨਾ ਕੋਈ ਨਤੀਜਾ ਜਿਹੜਾ ਨਿਕਲ ਕੇ ਸਾਹਮਣੇ ਜਾਵੇ। ਜਿਹੜੇ ਮੇਰੇ ਵੀਰ ਦਾ ਟਰੈਕਟਰ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਬਾਈ ਨੇ ਜਿਹੜਾ ਬਲੈਕ ਮਾਂਬਾ ਜਿਹੜਾ ਤਿਆਰ ਕਰਾਇਆ ਉਹਦਾ ਮਕਸਦ ਕੀ ਆ। ਹਾਂ ਇਹ ਤੁਸੀਂ ਦੇਖਦੇ ਹੋਣੇ ਆ ਕਿ ਪੱਖਾ ਚੱਲ ਪਿਆ, ਬੱਬਰ ਬਾਈ ਜਿਹੜਾ ਬਲੈਕ ਮਾਂਬਾ ਲੈ ਕੇ ਆਏ ਆ ਤੇ ਉਹਦੇ ਨਾਲ ਜਿਹੜਾ ਤੁਹਾਨੂੰ ਇਹ ਪੱਖਾ ਜਿਹੜਾ ਉਹ ਚੱਲਦਾ ਹੋਇਆ ਵੀ ਤੁਹਾਨੂੰ ਦਿਖਾਈ ਦਿੰਦਾ ਹੋਣਾ, ਤੇ ਜਦੋਂ ਇਹ ਪੱਖਾ ਚੱਲੇਗਾ ਤਾਂ ਫਿਰ ਟੀਅਰ ਗੈਸ ਦੇ ਜਿਹੜੇ ਗੋਲੇ ਆ ਉਹ ਕਿੱਥੇ ਡਿੱਗਣੇ ਇਹਦੇ ਅੱਗੇ ਤੇ ਫਿਰ ਕਿੱਥੇ ਉਹ ਖਾਣੇ ਆ। ਬਾਈ ਬੱਬਰ ਸਾਡੇ ਨਾਲ ਆਪਾਂ ਗੱਲਬਾਤ ਕਰ ਲੈਂਦੇ ਹਾਂ। ਬਾਈ ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਬਾਈ, ਬਾਈ ਕਿੱਦਾਂ ਤਿਆਰ ਕੀਤਾ ਫਿਰ? ਬਾਈ ਤਿਆਰ ਨਹੀਂ ਹੈ, ਇਹ ਤਾਂ ਆਪਣੇ ਖੇਤਾਂ 'ਚ ਇੱਕ ਆਪਾਂ ਜਿਹੜੀ ਯੂਜ਼ ਕਰਦੇ ਖੇਤੀਬਾੜੀ 'ਚ ਉਹਦਾ ਇੱਕ ਪਾਰਟ, ਇਹ ਇੱਕ ਸੰਦ ਆ ਪੰਜਾਬੀ 'ਚ ਕਹਿੰਦੇ ਆ। ਇਹ ਆਪਾਂ ਜਦੋਂ ਕੋਈ ਝੋਨਾ ਨਿਖਾਰਨਾ ਕੋਈ ਫਸਲ ਨਿਖਾਰਨੀ ਹੁੰਦੀ ਹੈ ਜੇ ਜੋ ਕਬਾੜ ਕੱਢਦੇ ਹਾਂ ਉਹ ਆਪਾਂ ਐਵੇਂ ਚਲਾ ਦਿੰਦੇ ਜਿਵੇਂ ਤੁਹਾਨੂੰ ਚਲਾ ਕੇ ਦਿਖਾਇਆ ਹੁਣੇ ਸਲੋ 'ਚ, ਆਪਾਂ ਹਵਾ ਪੈਦਾ ਕਰਦੇ ਇਹਦੇ ਨਾਲ ਤੇ ਜਿਹੜਾ ਆਪਾਂ ਨੂੰ ਵੇਟ ਕਰਨਾ ਪੈਂਦਾ, ਇੱਕ ਕੁਦਰਤੀ ਹਵਾ ਚੱਲਦੀ ਹੈ ਉਹ ਕਦੇ ਚੱਲਦੀ ਹੈ ਕਦੇ ਨਹੀਂ ਚੱਲਦੀ, ਉਹ 'ਚ ਟਾਈਮ ਬਹੁਤ ਲੱਗ ਜਾਂਦਾ, ਇਹਦੇ ਬਸ ਮਿੰਟਾਂ ਸਕਿੰਟਾਂ 'ਚ ਵਾਲਾ ਕੰਮ ਹੋ ਜਾਂਦਾ। ਹਾਂਜੀ ਹਾਂਜੀ। ਫਾਇਦਾ ਕੀ ਹੋਊਗਾ ਕਿਸਾਨ ਅੰਦੋਲਨ ਨੂੰ ਇਸ ਪੱਖੇ ਦਾ? ਬਈ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਜਦੋਂ ਉਧਰੋਂ ਗੋਲਾ ਚੱਲਦਾ ਜੀ, ਜਦੋਂ ਹੁਣ ਹਵਾ ਖੜ ਗਈ ਉਹ ਜਿਹੜਾ ਉਹਦਾ ਧੂੰਆਂ ਹੁੰਦਾ ਕਾਫੀ ਦੇਰ ਇੱਥੇ ਘੁੰਮ ਜਾਂਦਾ ਤੇ ਕਾਫੀ ਟਾਈਮ ਘੁੰਮਣ ਨਾਲ ਕੀ ਹੈ ਜਦੋਂ ਆਪਾਂ ਫਿਰ ਅੱਗੇ ਨਹੀਂ ਜਾ ਸਕਦੇ ਜਾਂ ਕੁਛ ਵੀ ਲਾ ਲਓ ਹਨਾ, ਉਹਦੇ ਹੁਣ ਜਦੋਂ ਇਹ ਪੱਖਾ ਚੱਲਦਾ ਹੈ ਆਪਾਂ ਜਿਹੜੀ ਉਹ ਛੱਡਦੇ ਹਾਂ ਗੋਲੇ, ਆਪਾਂ ਉੱਧਰ ਤੋਂ ਹਵਾ ਚਲਾ ਕੇ ਇਹਦੇ ਨਾਲ ਰੇਸ ਦੇ ਕੇ ਉੱਧਰ ਹੀ ਭੇਜ ਦਿੰਦੇ ਹਾਂ ਫੌਜੀਆਂ ਵੱਲੋਂ। ਇੱਕ ਉਹਦਾ ਇਹ ਫਾਇਦਾ ਹੋ ਜਾਂਦਾ ਇੱਥੋਂ ਸਾਫ਼ ਹੋ ਗਿਆ, ਇੱਕ ਧੂੰਆਂ ਉਹਨਾਂ ਦੇ ਉੱਪਰ ਜਾਂਦਾ ਜੀ। ਹਾਂਜੀ ਹਾਂਜੀ, ਬਿਲਕੁਲ ਹਵਾ ਟਿਕੀ ਹੋਏ ਬਿਲਕੁਲ ਸਿੱਧਾ ਜਾਂਦਾ ਧੂੰਆਂ ਇਹਦਾ। ਅਜੇ ਤਾਂ ਐਤਵਾਰ ਤੱਕ ਲੋੜ ਨਹੀਂ ਪੈਣੀ ਇਹਦੀ? ਬਾਈ ਗੱਲ ਇਹ ਲੋੜ ਤਾਂ ਨਹੀਂ ਹੈਗੀ, ਪਰ ਆਪਾਂ ਖੜੇ ਹਾਂ ਕੀ ਹੁੰਦਾ ਜਦੋਂ ਥੋੜੇ ਬਹੁਤੇ ਬੰਦੇ ਉੱਧਰ ਚਲੇ ਜਾਂਦੇ ਆ ਉਹ ਗੋਲੇ ਛੱਡ ਦਿੰਦੇ ਆ, ਫਿਰ ਉਹ ਆਪਾਂ ਫਟਾਫਟ ਧੂੰਆਂ ਸਾਫ਼ ਕਰਨ ਵਾਸਤੇ ਆਪਾਂ ਚਲਾ ਦਿੰਦੇ ਨਾਲ ਦੀ ਨਾਲ ਚਲਾ ਦਿੰਦੇ ਆ। ਬਾਈ ਯੂਥ ਨੂੰ ਦੇਖੋ ਜੀ, ਨਾਰੇ ਤੋਂ ਲਾਉਣ ਤੇ ਰੋਕ ਨਹੀਂ ਸਕਦਾ ਕੋਈ ਵੀ, ਹੁਣ ਇਹ ਤਾਂ ਹੈ ਨਹੀਂ ਵੀ ਚਲੋ ਜਾ ਕੇ ਉੱਥੇ ਇਹਨਾਂ ਦੇ ਉੱਪਰ ਛੱਡ ਗਏ, ਖੜ ਕੇ ਆਪਾਂ ਦੇਖੋ ਨਾਰੇ ਲਾਣੇ, ਗਾਲਾਂ ਕਿਸੇ ਨੂੰ ਗਾਲਾਂ ਨਹੀਂ ਕੱਢਦੇ ਹੈ ਨਾ, ਵੀ ਨਾਰੇ ਲਾ ਕੇ ਆਪਾਂ ਇਹੀ ਕਰ ਸਕਦੇ ਹਾਂ, ਰੋਸ ਹੀ ਦੇਣਾ ਉਹਨਾਂ ਨੂੰ, ਹੋਰ ਤਾਂ ਕੁਛ ਨਹੀਂ ਕਰ ਰਹੇ। ਹੁਣ ਆਪਾਂ ਐਡੀ ਤਾਂ ਕੋਈ ਗੱਲ ਨਹੀਂ ਵੀ ਡਾਂਗਾ ਲੈ ਕੇ ਚਲੇ ਗਏ ਉੱਧਰ ਨੂੰ ਵੀ ਹਾਂ ਰੁਕਿਆ, ਰੁਕੇ ਹੋਏ ਆ ਬਾਜੀ, ਜਥੇਬੰਦੀ ਨੇ ਹੁਣ ਟਾਈਮ ਦੇ ਦਿੱਤਾ ਵੀ ਐਤਵਾਰ ਦਾ ਖੜੇ ਆ ਜੀ। ਹੁਣ ਬਾਕੀ ਤਾਂ ਦੇਖੋ ਜੇ ਉਹ ਨੌਜਵਾਨ ਖੜੇ ਆ, ਪਰ ਬਾਕੀ ਸਾਰਾ ਜਿੰਨੇ ਟਰੈਕਟਰ ਹੈਗੇ ਜਿਹਨਾਂ ਕੋਲ ਸਾਰਾ ਸਿਸਟਮ ਰੱਖਿਆ ਵਾ ਉਹ ਤਾਂ ਸਾਰੇ ਪਿੱਛੇ ਖੜੇ ਆ, ਇਹ ਵੀ ਤਾਂ ਖੜਾ ਪੱਖੇ ਵਾਲੇ ਜੱਟ ਦਾ ਰੱਖੇ ਹੋਏ ਹੋਰ ਅੱਗੇ ਵੀ ਜਿਹੜਾ ਗੋਲੇ ਵਾਲਾ ਗੈਸ ਹੈ ਇਹਨੂੰ ਪਿੱਛੇ ਹਟਾ ਦੀ ਨਾਲ ਦੀ ਨਾਲ ਹੀ ਬਸ, ਹੋਰ ਤਾਂ ਦੇਖੋ ਇਹਦੇ ਨਾਲ ਕੋਈ ਹੋਰ ਕੁਛ ਨਹੀਂ ਪਾਇਆ ਹੋਇਆ। ਤੇ ਉਹ ਜਿਹੜੀ ਤੁਸੀਂ ਪਲੇਟ ਪਿੱਛੇ ਲਾਈ ਆ ਇਹ ਵੀ ਪਤਾ ਲੱਗਾ ਕਿ ਆਰਮੀ ਵਾਲਿਆਂ ਦੀ ਹੋ? ਬਾਈ ਉਹ ਕੱਲ ਦੀ ਪਈ ਸੀ ਉਰੇ ਸਾਡੀ, ਅੱਜ ਨਿਗਾਹ ਪੈ ਗਈ ਕਿਉਂਕਿ ਆਪਣਾ ਫੇਸ ਤਾਂ ਇਧਰੋਂ ਅਸੀਂ ਹਵਾ ਇਧਰ ਦੇਣੀ ਆ ਆਰਮੀ ਵੱਲ, ਤੇ ਡਰ ਸੀਗਾ ਵੀ ਪਹਿਲਾਂ, ਬਟ ਇਹ ਸਾਨੂੰ ਪਲੇਟ ਮਿਲ ਗਈ ਤਾਂ ਆਪਣੇ ਲਾ ਲਈ ਬਈ ਇਹ। ਤੇ ਬੱਬਰ ਬਾਈ ਇੱਕ ਜਾਂਦੇ ਜਾਂਦੇ ਤੁਹਾਡੇ ਕੋਲ ਸਵਾਲ ਪੁੱਛਣਾ ਚਾਹੁੰਦੇ, ਲੱਗਦਾ ਕਿ ਆਪਾਂ ਦਿੱਲੀ ਪਹੁੰਚ ਜਾਾਂਗੇ? ਬਾਈ ਦਿੱਲੀ ਪਹੁੰਚੇ ਵੇ ਆ, ਆਪਾਂ ਖੜੇ ਸ਼ੰਭੂ ਹੈ, ਦਿੱਲੀ ਸਾਰੀ ਸੀਲ ਹੋਈ ਵੀ ਹੈ, ਤਾਂ ਆਟੋਮੈਟਿਕਲੀ ਬਾਈ ਡਰ ਤਾਂ ਦੇਖੋ ਕਿੰਨਾ ਹੋ ਗਿਆ ਨਾ, 250 ਕਿਲੋਮੀਟਰ ਪਹਿਲਾਂ ਇਹਨਾਂ ਨੇ ਦਿੱਲੀ ਦੁੱਲੀ ਸਾਰਾ ਕੁਝ ਬੰਦ ਕਰ ਲਈ ਹੈ ਨਾ, ਸਾਰੇ ਪਾਸੇ ਇੱਕ ਤਾਂ ਮੇਨ ਰਸਤੇ ਬੰਦ ਕਰਨੇ, ਪਹਿਲੀ ਪਿਛਲੀ ਵਾਰ ਤਾਂ ਮੇਨ ਬੰਦ ਕਰੇ ਸੀਗੇ, ਹੁਣ ਤਾਂ ਖਬਰਾਂ 'ਚ ਪਤਾ ਲੱਗਿਆ ਵੀ ਲੋਕਲ ਜਿਹੜੇ ਰਸਤੇ ਸੀਗੇ ਜਿੱਥੇ ਪਹਿਲਾਂ ਆਪਾਂ ਅੰਦਰ ਚਲੇ ਜਾਂਦੇ ਸੀ ਦਿੱਲੀ ਨੂੰ ਉਹ ਵੀ ਬੰਦ ਕਰਤੇ, ਤੇ ਹੁਣ ਸਾਡੇ ਤੇ ਸਾਨੂੰ ਕੋਈ ਨਹੀਂ ਕੋਈ ਕਹਿ ਸਕਦਾ, ਜੇ ਅਸੀਂ ਕੱਲ੍ਹ ਨੂੰ ਦਿੱਲੀ ਵੀ ਜਾਂਦੇ ਹਾਂ ਨਾ ਸਾਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸਾਨਾਂ ਕਰਕੇ ਦਿੱਲੀ ਬੰਦ ਹੋਈ ਹੈ, ਕਿਉਂਕਿ ਉਹ ਤੋਂ ਕਿਸਾਨਾਂ ਤੋਂ ਅਸੀਂ ਤਾਂ ਉਰੇ ਬੈਠੇ ਪੰਜਾਬ 'ਚ, ਉਹਨਾਂ ਨੇ 10 ਦਿਨ ਪਹਿਲਾਂ ਦਿੱਲੀ ਬੰਦ ਕਰਨੀ ਸ਼ੁਰੂ ਕਰਤੀ ਤੇ ਸਾਡੇ ਤੇ ਕੋਈ ਕਲੇਮ ਨਹੀਂ ਕਰ ਸਕਦਾ ਕੱਲ ਨੂੰ। ਕੱਲ ਨੂੰ ਜਦੋਂ ਤੁਸੀਂ ਜਾਣਾ ਤੇ ਬਲੈਕ ਮਾਂਬਾ ਜਿਹੜਾ ਡੰਗ ਮਾਰੂਗਾ? ਪੂਰਾ ਮਾਰੂਗਾ ਜੀ, ਪੂਰਾ ਮਾਰੂਗਾ ਡੱਕੇ ਬਾਈ। ਬਾਈ ਬਾਈ ਬੱਬਰ ਬਾਈ ਸਾਡੇ ਨਾਲ ਸੀ, ਬਲੈਕ ਮਾਂਬਾ ਇਹ ਟਰੈਕਟਰ ਜਿਹੜਾ ਤਿਆਰ ਕਰਕੇ ਲੈ ਕੇ ਆਉਂਦੇ ਤੇ ਪਿੱਛੇ ਪੱਖਾ ਵੀ ਤੁਹਾਨੂੰ ਦਿਖਾਇਆ ਅਸੀਂ ਕਿ ਕਿਸ ਤਰ੍ਹਾਂ ਜਿਹੜੇ ਕਿਸਾਨ ਵੀਰਾਂ ਦੀ ਜਿਹੜੀ ਆ ਇਨ
ਰੱਖਿਆ ਹੋ ਸਕਦੀ ਕਿਉਂਕਿ ਜਦੋਂ ਟੀਅਰ ਟੀਅਰ ਗੈਸ ਤੇ ਜਦੋਂ ਗੋਲੇ ਆਉਂਦੇ ਨੇ ਤੇ ਫਿਰ ਉਹਦੇ ਨਾਲ ਫਿਰ ਜਿਹੜੇ ਆ ਉਹ ਕਿਸਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਉਹਦੇ ਤੋਂ ਬਚਾਉਣ ਲਈ ਬੱਬਰ ਬਾਈ ਜਿਹੜਾ ਉਪਰਾਲਾ ਜਿਹੜਾ ਕਰ ਰਹੇ ਨਵੀਂ ਅਪਡੇਟ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਗੁਰਪ੍ਰੀਤ ਮੰਗੜ ਦੇ ਨਾਲ ਲਾਲ ਕਮਲ ਡੇਲੀ ਪੋਸਟ ਪੰਜਾਬੀ ਲਈ।